ਤੇ ਤੁਸੀਂ ਦੱਸੋ ਕੀ ਚਾਹੀਦਾ? ਸਟਿੰਗ ਮੰਗਾ ਲਓ। ਆਪਣੀ ਇਮਾਨ ਨਾਲ ਦੱਸ, ਇਹ ਸ਼ਕਲ ਹੈ ਸਟਿੰਗ ਵਾਲੀ, ਕੀ ਹੋਏਗਾ ਤੇਲ ਮਹਿੰਦੀ 'ਚ? ਵੈਸੇ ਤੇਲ ਮਹਿੰਦੀ 'ਚ ਤੇਲ ਹੀ ਹੁੰਦਾ ਜੀ, ਹੋਰ ਕੀ ਹੁੰਦਾ? ਕੀ ਗੱਲ, ਬਰਾਤੀਆਂ ਨੂੰ ਅੱਗ ਲਾਉਣੀ ਤੁਸੀਂ? ਤੇਲ ਖਾਣ ਲਈ ਮੈਂ ਕਹਿ ਰਿਹਾ, ਅਤੇ ਅਗਰ ਇਹਦੇ 'ਚੋਂ ਕੋਈ ਚਮਚ ਦੋ ਚਾਰ ਘੱਟ ਵੀ ਗਏ ਨਾ, ਹਾਂਜੀ, ਤਾਂ ਮੈਂ ਚਪੇੜਾਂ ਮਾਰ ਦੀ। ਯਾਰ ਤੂੰ ਚਪੇੜਾਂ ਮਾਰ ਲਾ ਭਾ ਪਹਿਲਾਂ, ਯਾਰ ਸਾਡਾ ਸਮਾਨ ਆ, ਤੂੰ ਗੱਲਬਾਤ ਕਰਨ ਵਾਲੀ ਤੇਰੀ, ਅਸੀਂ ਸਮਾਨ ਨਹੀਂ ਆਪਣਾ ਦੇਣਾ। ਨਹੀਂ ਸਮਾਨ ਆ, ਤੂੰ ਹਰ ਗੱਲ ਨਾ ਪਰਾਉਣਿਆਂ ਨੂੰ ਲਾ ਹੱਥ, ਮੈਂ ਤੈਨੂੰ ਦੇਖਦਾ। ਅਸਲਾਮ ਵਾਲੇਕਮ ਜੀ, ਮੈਂ ਸਲੀਮ ਅਲਬੇਲਾ, ਅਤੇ ਮੈਂ ਜੀ ਗੋਗਾ ਪਸਰੂਰੀ। ਅਤੇ ਬੜਾ ਅੱਛਾ ਲੱਗਦਾ ਕਿ ਤੁਸੀਂ ਸਾਡੀ ਵੀਡੀਓ ਪਸੰਦ ਕਰਦੇ ਹੋ, ਬੜੇ ਬੜੇ ਅੱਛੇ ਕਮੈਂਟਸ ਦਿੰਦੇ ਹੋ, ਔਰ ਸਾਡੇ ਕੋਲੋਂ ਤਾਂ ਦੁਆਵਾਂ ਹੀ ਨੇ, ਹੋਰ ਤਾਂ। ਹਾਂਜੀ, ਅਤੇ ਬਹੁਤ ਸ਼ੁਕਰੀਆ, ਸਾਡੇ ਜਿਹੜੇ ਸਬਸਕ੍ਰਾਈਬਰ ਨੇ ਉਹ ਜਲਦ ਤੋਂ ਜਲਦ ਜਿਹੜੇ ਮਿਲੀਅਨਸ ਵੱਲ ਜਾ ਰਹੇ ਆ। ਬਿਲਕੁਲ, ਉਹ ਤਾਂ ਹੁਣ ਬਿਲਕੁਲ ਐਂਡ ਹੀ ਹੈਗਾ ਜੀ, ਉਹਦੇ ਤੋਂ ਬਾਅਦ ਫਿਰ ਗੋਲਡਨ ਪਲੇਟ ਆਏਗੀ, ਉਹ ਸਿਰਫ ਤੁਹਾਡੀ ਵਜ੍ਹਾ ਤੋਂ ਹੀ ਆਉਣੀ ਹੈ ਸਾਨੂੰ, ਇਨਸ਼ਾਅੱਲਾ। ਅਤੇ ਫਿਰ ਅਸੀਂ ਹੋਰ ਢੇਰ ਦੁਆਵਾਂ ਦੇਵਾਂਗੇ। ਹਾਂਜੀ, ਸਾਡੇ ਕੋਲ ਨਾਜ਼ਰੀਨ ਚਿਲਤਨ ਪਿਓਰ ਦੀ ਪ੍ਰੋਡਕਟ ਹੈਗੀ ਹੈ ਜੀ। ਜੀ ਜੀ, ਇਹ ਹੈਗੇ ਜੀ ਸਕਿਨ ਸ਼ਾਈਨਰ ਚਿਲਤਨ ਪਿਓਰ ਦਾ। ਅਤੇ ਤੇਰਾ ਕੀ ਕੰਮ ਹੈ ਦੱਸਣ ਦਾ? ਹਾਂਜੀ, ਸਕਿਨ ਸ਼ਾਈਨਰ ਹੈਗਾ ਐਲੋਵੇਰਾ, ਇਹਦੇ ਨਾਲ ਚਿਹਰੇ 'ਤੇ ਸ਼ਾਈਨਿੰਗ ਆਉਂਦੀ ਹੈ, ਕਿਉਂਕਿ ਗਰਮੀਆਂ ਦੇ ਵਿੱਚ ਤੁਹਾਨੂੰ ਪਤਾ ਧੁੱਪ ਵੀ ਬਹੁਤ ਹੁੰਦੀ ਆ, ਮੋਟਰਸਾਈਕਲ ਲੋ ਪੈਂਦੀ ਆ, ਅਤੇ ਇਹਨੂੰ ਲਾਓਗੇ ਤਾਂ ਬਿਹਤਰ। ਚਲੋ ਤੁਸੀਂ ਦੱਸ ਲਓ, ਕੋਈ ਨਹੀਂ, ਨਾਰਾਜ਼ ਨਾ ਹੋ। ਨਾਰਾਜ਼ਗੀ, ਤੂੰ ਤਾਂ ਹੱਥੋਂ ਸ਼ਾਇਦ ਖੋ ਲੈਂਦਾ। ਨਹੀਂ, ਤੇਰਾ ਮੂੰਹ ਇੱਥੋਂ ਤੱਕ ਹੈ ਨਾ, ਮੈਂ ਤਾਂ ਕਹਿ ਰਿਹਾ। ਸਕਿਨ ਸ਼ਾਈਨਰ ਚਿਲਤਨ ਪਿਓਰ ਦਾ ਜੀ, ਇਹਨੂੰ ਕੁਆਰ ਗੰਦਲ ਵੀ ਕਹਿੰਦੇ ਆ, ਤੁਸੀਂ ਰਾਤ ਨੂੰ ਵੀ ਮੂੰਹ ਮਾਂ ਧੋ ਕੇ ਰਾਤ ਨੂੰ ਲਾ ਸਕਦੇ ਹੋ, ਸੁਬਾਹ ਉੱਠ ਕੇ ਫਿਰ ਮੂੰਹ ਧੋ ਸਕਦੇ ਹੋ, ਅਤੇ ਬਿਹਤਰੀਨ ਸ਼ਾਈਨਿੰਗ ਜਿਹੜਾ ਵਾ ਤੁਹਾਡੇ ਚਿਹਰੇ 'ਤੇ ਸ਼ਾਈਨਿੰਗ। ਲੋਕਾਂ ਨੂੰ ਦੱਸੀ ਜਾਣਾ, ਆਪ ਵੀ ਧੋਇਆ ਕਰ। ਅੱਖ ਨਾ ਕੋਈ ਚਪਕਾਵੇ, ਮੋਬਾਈਲ ਨੂੰ ਪੜਥੂ ਪਾਵੇ, ਇਹਨੂੰ ਹਰ ਵੇਲੇ ਵੇਖੀ ਜਾਵੇ ਅਲਬੇਲਾ ਟੀਵੀ। ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ, ਸਾਰੀ ਦੁਨੀਆ ਗਈ ਇਹਨੂੰ ਮਾਨੇ, ਇਹ ਚੈਨਲ ਨੰਬਰ 1 ਏ ਅਲਬੇਲਾ ਟੀਵੀ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਉਹ ਅਲਬੇਲਾ ਏ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ। ਵਸੀਮ ਭਾਈ ਜੀ, ਸਰ 100 ਚਮਚ, 100 ਪਲੇਟ ਵੱਡੀ, 100 ਛੋਟੀ, 20 ਜੱਗ ਅਤੇ 40 ਗਲਾਸ, ਇਹ ਆਪਣਾ ਨਹੀਂ, ਉਹ ਹੈਗੇ ਚੱਕੀ ਵਾਲੇ, ਹਾਂਜੀ, ਉਹਨਾਂ ਨੂੰ ਦੇ ਕੇ ਆਓ। ਠੀਕ ਹੈ ਭਾਈ, ਭੇਜ ਦਿੰਦੇ। ਮੁੰਡੇ ਕਿੱਧਰ ਚਲੇ ਗਏ? ਸਾਰੇ ਭਾਈ ਬੁਲਾ ਲੈਂਦੇ, ਕੋਈ ਗੱਲ, ਲੋਡਰ ਵੀ ਆ ਜਾਂਦਾ। ਆਹੋ ਯਾਰ, ਸਮਾਨ ਕੰਮ ਇੰਨਾ ਹੈਗਾ, ਇਹ ਕਿੰਨੇ ਕਰਨਾ ਹੈਗਾ? ਭਾਈ ਨਹੀਂ ਹੋ ਜਾਂਦਾ, ਕਿਹੜਾ ਕੰਮ ਹੈਗਾ, ਔਖਾ, ਡੇਲੀ ਦਾ ਕੰਮ ਹੈ ਭਾਈ, 5-10 ਮਿੰਟ ਹੋ ਜਾਂਦਾ। ਇਹ ਮੁੰਡੇ ਜਿੱਥੇ ਜਾਂਦੇ ਉੱਥੇ ਬਹਿ ਜਾਂਦੇ ਜਾ ਕੇ, ਮੈਨੂੰ ਲੱਗਦਾ ਉੱਥੇ ਮੰਗ ਪਤਾ ਤਾਂ ਨਹੀਂ ਖੇਡਦੇ। ਆਜੋ ਭਾਅ ਜੀ, ਆਜੋ, ਕੀ ਚਾਹੀਦਾ? ਆਜੋ। ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ, ਕੀ ਹਾਲ ਭਾਅ ਜੀ? ਠੀਕ ਭਾਅ ਜੀ। ਸਮਾਨ ਸੀ ਭਾਅ ਜੀ, ਕੋਈ ਟੈਂਟ ਦਾ ਥੋੜ੍ਹਾ ਬਹੁਤ ਚਾਹੀਦਾ ਸੀ। ਸਾਰਾ ਟੈਂਟ ਦਾ ਹੀ ਆ ਭਾਅ ਜੀ, ਹੋਰ ਅਸੀਂ ਕੀ ਮਤਲਬ ਰੱਖਿਆ ਇੱਥੇ, ਖੋਤੀ ਰੇੜੀਆਂ ਵੇਚਣ ਦਾ, ਸਾਰਾ ਕੁਛ ਹੀ ਹੈ ਸਾਡੇ। ਚਲੋ, ਕਿਸੇ ਨੂੰ ਬਹਿਣ ਦਾ ਵੀ ਕਹੀਦਾ ਹੁੰਦਾ, ਆਉਣ ਲੱਗਿਆ। ਨਹੀਂ, 2 ਮਿੰਟ ਖਲੋਵੋ ਤਾਂ ਸਹੀ, ਤੁਸੀਂ ਆਉਂਦੇ ਹੀ ਬਹਿ ਜਾਣਾ ਤੁਸੀਂ। ਚਲੋ ਵਸੀਮ ਭਾਈ, ਬਹਿਣ ਦਿਓ, ਇੱਧਰ ਆਓ ਤੁਸੀਂ, ਇੱਧਰ ਆ ਜਾਓ, ਆ ਜਾਓ। ਦੱਸੋ ਭਾਅ ਜੀ, ਫੰਕਸ਼ਨ ਸੀ ਭਾਅ ਜੀ ਛੋਟਾ ਜਿਹਾ, ਇੱਕ ਉਹਦੇ ਸਿਲਸਿਲੇ 'ਚ ਆਇਆ ਸੀ ਮੈਂ। ਹੋ ਜਾਏਗਾ ਭਾਅ ਜੀ, ਦੱਸੋ ਕੀ ਸ਼ਾਦੀ ਹੈ? ਹਾਂਜੀ, ਬੱਚੇ ਦੀ ਸ਼ਾਦੀ ਹੈ ਭਾਈ, ਆ ਛੋਟਾ। ਮਾਸ਼ਾਅੱਲਾ, ਮੁਬਾਰਕ ਹੋਵੇ, ਖੈਰ ਮਾਰ। ਅਤੇ ਦੱਸੋ ਕੀ ਕੀ ਚਾਹੀਦਾ? ਸਾਰਾ ਕੁਛ ਹੀ ਆ ਸਾਡੇ ਕੋਲ। ਚਾਹ ਮੰਗਾਓ ਪਹਿਲੇ, ਮੁੰਡੇ ਗਏ ਆ, ਤੁਹਾਨੂੰ ਆਪ ਹੀ ਲਿਆਉਣੀ ਪੈਣੀ ਹੈ, ਮੁੰਡਾ ਦੁਕਾਨ 'ਤੇ ਹੈ ਕੋਈ ਨਹੀਂ। ਨਹੀਂ, ਚਲੋ ਕੋਈ, ਇਹ ਵਸੀਮ ਵੱਡੇ ਭਾਈ ਨੇ ਆਪਣੇ। ਅੱਛਾ ਜੀ। ਅਤੇ ਅਸੀਂ ਦੋਵੇਂ ਆਉਣਾ ਰਹਾ, ਬਾਕੀ ਮੁੰਡੇ ਅੱਗੇ ਕੰਮ ਕੁੰਮ ਕਰ ਰਹੇ ਨੇ ਸਾਰਾ। ਅੱਛਾ, ਗਏ ਨੇ ਕਿਤੇ ਤੰਬੂ ਤੰਬੂ ਲਾਉਣ, ਆ ਜਾਂਦੇ ਤਾਂ ਫਿਰ ਪਿਆ ਦਿੰਦੇ ਚਾਹ ਤੁਹਾਨੂੰ। ਚਲੋ, ਅਤੇ ਫੋਨ 'ਤੇ ਵੀ ਕਹਿ ਸਕਦੇ ਹੋ, ਚਾਹ ਵਾਲੇ ਨੂੰ ਦੇ ਜਾਂਦੇ ਹੁੰਦੇ ਇੱਦਾਂ? ਨਹੀਂ, ਉਹ ਇੱਥੇ ਜਿਹੜਾ ਚਾਹ ਵਾਲਾ ਨਾ, ਫੋਨ ਰੱਖਦਾ ਹੀ ਨਹੀਂ। ਇੱਕ ਦੋ ਵਾਰੀ ਉਹਨੇ ਫੋਨ ਰੱਖਿਆ, ਸੁਣਦਿਆਂ ਸੁਣਦਿਆਂ ਕੋਈ ਮਿੱਠਾ ਬਹੁਤਾ ਪੈ ਗਿਆ, ਲੋਕਾਂ ਨੇ ਬਹੁਤ ਗਾਲਾਂ ਕੱਢੀਆਂ। ਅਤੇ ਤੁਸੀਂ ਦੱਸੋ ਕੀ ਚਾਹੀਦਾ? ਸਟਿੰਗ ਮੰਗਾ ਲਓ। ਆਪਣੀ ਇਮਾਨ ਨਾਲ ਦੱਸ, ਇਹ ਸ਼ਕਲ ਹੈ ਸਟਿੰਗ ਵਾਲੀ? ਮਹਿਮਾਨ ਹੁੰਦਾ ਵਾ, ਚਲੋ ਮਹਿਮਾਨ ਆਏਗਾ, ਚਾਹ ਤੇ ਆ ਹੀ ਜਾਣੀ ਆ ਤੁਹਾਨੂੰ, ਕੋਈ ਨਹੀਂ। ਵਸੀਮ ਭਾਈ, ਕਰੋ ਉਹਨੂੰ, ਕਹਿ 2 ਚਾਹਾਂ ਭੇਜ ਦਿਓ, 2 ਬੜੀਆਂ ਪੀ ਲਓਗੇ? 2 ਨਹੀਂ, ਵਾਰੀ ਵਾਰੀ ਪੀਵਾਂਗਾ, ਇਕੱਠੀਆਂ ਤਾਂ ਨਹੀਂ ਨਾ ਪੀਤੀਆਂ ਜਾਂਦੀਆਂ। ਅੱਛਾ ਜੀ, ਬਿਸਕਿਟ ਕਹਿ ਦੇਣਾ, ਬਿਸਕਿਟ ਉਹਨਾਂ ਨੂੰ ਨਾਲ ਨਾ। ਭਾਜੀ ਤੁਸੀਂ ਯਾਰ 2 ਚਾਹਾਂ ਭੇਜ ਦੀ ਯਾਰ, ਬਿਸਕਿਟ ਵੀ ਨਾਲ। ਹਾਂਜੀ, ਉਹ ਠਹਿਰ ਜਾਓ, ਕਦ ਲਈ ਭਾਈ ਤੁਸੀਂ ਟੈਂਟ ਲੈਣ ਆ ਰਹੇ ਜੀ? ਬਿਸਕੁਟ ਹੀ ਪੈਕਣ ਲਈ ਆਣਾ ਹੈਗਾ। ਕਦ ਲਈ ਬਿਸਕੁਟ ਗਈ ਆ ਨਾ ਭਾਈ, ਤੁਸੀਂ ਸਮਾਨ ਲਿਖਾਉਣਾ ਜਾਂ ਕੋਈ ਰਿਸ਼ਤੇ ਦੀ ਗੱਲ ਕਰਨ ਆਏ ਹੋ ਤੁਸੀਂ? ਤੁਸੀਂ ਦੱਸੋ ਕੀ ਚਾਹੀਦਾ, ਤਾਂ ਦੇ ਦਿੰਦੇ ਅਸੀਂ। ਫਰੂਟ ਕੇਕ ਵੀ ਕਹਿ ਦੇਣਾ ਉਹਨਾਂ ਨੂੰ ਨਾਲ ਨਾ, ਉਹ ਚੰਗਾ ਹੁੰਦਾ ਵਾ। ਭਾਈ ਤੈਨੂੰ ਹਸਪਤਾਲੋਂ ਛੁੱਟੀ ਹੋਈ ਹੈ, ਇੰਨਾ ਕੁਛ ਇੱਕਦਮ ਹੀ ਖਾਈ ਜਾਂਦਾ ਤੂੰ।
ਭਾਈ ਦੁਕਾਨ ਦੀ ਅਗਲੇ ਦੀ ਰੈਪੋ ਤੁਹਾਡੀ ਬਣਦੀ ਆ ਵੀ ਯਾਰ ਫਲਾਂ ਜਗ੍ਹਾ ਤੇ ਗਏ ਸੀ ਵਸੀਮ ਟੈਂਟ ਤੇ ਤੇ ਚਾਹ ਕਹਿਤੀ ਭਾਜੀ ਬਿਸਕੁਟ ਵੀ ਕਹਿਤੇ ਹੁਣ ਤੁਸੀਂ ਅੱਗੋਂ ਨਾ ਨਾ ਮੈਨਿਊ ਵਧਾਈ ਜਾਓ ਆਪਣਾ ਇਹਨਾਂ ਨੂੰ ਚਾਹੇ ਕਹਿਣਾ ਵੀ ਥੋੜਾ ਜਿਹਾ ਨਾ ਮਿੱਠਾ ਤੇਜ਼ ਰੱਖਣ ਮੈਂ ਤੇਜ਼ ਪੀ ਤੇਜ਼ ਮਿੱਠਾ ਨਹੀਂ ਪੀਦਾ ਭਾਈ ਨੁਕਸਾਨਦੇਹ ਆ ਹਲਕਾ ਮਿੱਠਾ ਪੀਓ ਸ਼ੂਗਰ ਹੋ ਗਈ ਕੱਲ੍ਹ ਨੂੰ ਫਿਰ ਇਨਸੁਲਿਨ ਲਾਉਂਦਾ ਫਿਰੇਗਾ ਮਿੱਠਾ ਘੱਟ ਪੀਦਾ ਦੱਸੋ ਕੀ ਚਾਹੀਦਾ ਕੀ ਆ ਫੰਕਸ਼ਨ ਆ ਭਾਈ ਇੱਕ ਸ਼ਾਦੀ ਆ ਭਾਈ ਦੀ ਛੋਟੇ ਦੀ ਮਾਸ਼ਾ ਅੱਲਾ ਜੀ ਅੱਛੀ ਗੱਲ ਆ ਚਲੋ ਅਤੇ ਕਿੰਨੇ ਦਿਨ ਦਾ ਈਵੈਂਟ ਹੈਗਾ ਤੁਹਾਡਾ ਤਿੰਨ ਦਿਨ ਦਾ ਭਾਜੀ ਤੇਲ ਮਹਿੰਦੀ ਤੇਲ ਮਹਿੰਦੀ ਬਰਾਤ ਬਰਾਤ ਅਤੇ ਵਲੀਮਾ ਵਲੀਮਾ ਤਿੰਨ ਦਿਨ ਬਰਾਤ ਤਾਂ ਅਗਲੇ ਘਰ ਹੀ ਜਾਣੀ ਆ ਨਾ ਤੁਸੀਂ ਸਮਾਨ ਤਾਂ ਨਹੀਂ ਨਾਲ ਲੈ ਕੇ ਜਾਣਾ ਉੱਥੇ ਹਾਂਜੀ ਹਾਂਜੀ ਉਹ ਤਾਂ ਉਹਨਾਂ ਦਾ ਹੋਣਾ ਨਾ ਆਹੋ ਸਾਰੀ ਬਾਤ ਆ ਲੇਕਿਨ ਉਹ ਜਾਂ ਉਹਨਾਂ ਨੇ ਕਿਹਾ ਵੀ ਬਰਤਨ ਆਪਣੇ ਲਿਆਉਣਾ ਨਹੀਂ ਉਹ ਨਾਸ਼ਤਾ ਨੁਸ਼ਤਾ ਤਾਂ ਦੇਣਾ ਹੀ ਹੁੰਦਾ ਨਾ ਸੁਬਾਹ ਹਾਂ ਉਹ ਠੀਕ ਆ ਉਹ ਰਾਤ ਵਾਲਿਆਂ 'ਚ ਹੀ ਪੈ ਜਾਏਗਾ ਜਿਹੜੇ ਤੁਸੀਂ ਤੇਲ ਮਹਿੰਦੀ 'ਤੇ ਜੋ ਹੋਣਾ ਅਤੇ ਕੀ ਆਪਣੀ ਡਿਸ਼ ਕੀ ਆ ਡਿਸ਼ ਵਨ ਡਿਸ਼ ਵਨ ਡਿਸ਼ ਬਣਾ ਦੇ ਇੱਕ ਚੀਜ਼ ਹੀ ਆ ਜਿਹੜੀ ਵੀ ਕੋਈ ਬਣਾਉਣੀ ਆ ਕੀ ਬਣਾਉਣੀ ਕੋਈ ਖਿਚੜੀ ਬਣਾਉਣੀ ਤੁਸੀਂ ਇੱਕ ਡਿਸ਼ ਹੀ ਆ ਨਹੀਂ ਨਹੀਂ ਸਾਡੀ ਕਿਹੜਾ ਇੱਕ ਡਿਸ਼ ਤਾਂ ਲੰਘਦੀ ਨਹੀਂ ਭਰਾਵਾ ਅੱਜ ਕੱਲ੍ਹ ਕਿਹੜਾ ਕੋ ਇੱਕ ਡਿਸ਼ ਤਾਂ ਫੌਤਗੀ ਤਾਂ ਨਹੀਂ ਪੱਕਦੀ ਤੁਸੀਂ ਵਿਆਹ 'ਤੇ ਪਕਾ ਰਹੇ ਨਹੀਂ ਉਹ ਖਿਚੜੀ ਕਿਹੜਾ ਸਾਡੀ ਬਰਾਤ ਗੰਗਾ ਰਾਮ ਤੋਂ ਜਾਣੀ ਆ ਉਹ ਮਹਿਮਾਨ ਆ ਸਾਡੇ ਨਹੀਂ ਤੇਲ ਮਹਿੰਦੀ ਤਾਂ ਹੁੰਦਾ ਅਕਸਰ ਅਸੀਂ ਜਾਈਦਾ ਸਮਾਨ ਸਮੂਨ ਦੇਈਦਾ ਵਾ ਉਹ ਹੁੰਦਾ ਮਿੱਠੇ ਚੌਲ ਹੁੰਦੇ ਗੁੜ ਵਾਲੇ ਨਾਲ ਦਾਲ ਅਤੇ ਨਾਲ ਚਿੱਟੇ ਚੌਲ ਇਹ ਤੇਲ ਮਹਿੰਦੀ ਤਾਂ ਬੜਾ ਅੱਛਾ ਜਾਂ ਭਟੂਰੇ ਕੱਢ ਲੈਂਦੇ ਲੋਕ ਉਹ ਹਿਸਾਬ ਨਾਲ ਅਸੀਂ ਸਮਾਨ ਦੇਣਾ ਭਾਅ ਜੀ ਨਹੀਂ ਉਹ ਭਟੂਰੇ ਜਿਹੜੇ ਉਹ ਲਾਈਵ ਆਉਂਦੇ ਆ ਭਟੂਰੇ ਜਿਹੜੇ ਉਹ ਲਾਈਵ ਕਿਹੜਾ ਏ ਆਰ ਵਾਈ ਨਿਊਜ਼ 'ਤੇ ਆਉਂਦੇ ਆ ਉਹਨਾਂ ਨੂੰ ਪੈਸੇ ਦਿਓ ਤਾਜ਼ੇ ਤਾਜ਼ੇ ਕੱਢਦੇ ਉੱਥੇ ਲਾਈਵ ਕੀ ਹੁੰਦਾ ਮੇਰਾ ਮਤਲਬ ਉਹ ਜਿਹੜਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੱਢਣਗੇ ਹਾਂ ਹਾਂਜੀ ਹਾਂਜੀ 51 ਬੰਦੇ ਆ ਭਾਅ ਜੀ ਉਹਦੇ ਹਿਸਾਬ ਨਾਲ ਨਾ ਇਹ ਸਾਰੇ ਹੀ ਬੁਲਾ ਲਏ ਤੁਸੀਂ 51 ਬੰਦੇ ਸਾਰੀ ਬਾਤ ਆ ਭਾਈ ਜਿਨ੍ਹਾਂ ਨੂੰ ਅਸੀਂ ਖਾਨਦਾਨ 'ਚ ਮਿਲੇ ਹਾਂ ਅਸੀਂ ਨੇਂਦਰੇ ਪਾਏ ਆ ਵਰਤੇ ਹਾਂ ਅਸੀਂ ਜ਼ਾਹਰ ਅਤੇ ਉਹਨਾਂ ਨੂੰ ਫਿਰ ਬੁਲਾਉਣਾ ਤਾਂ ਹੈ ਬਣਦਾ ਜੀ ਦੇਣਾ ਹੀ ਦੇਣਾ ਜ਼ਾਹਰ ਜਿਹਨੇ ਆਉਣਾ ਵਾ ਕੁਛ ਨਾ ਕੁਛ ਦੇ ਕੇ ਹੀ ਜਾਏਗਾ ਨਾ ਹਾਂਜੀ ਸਾਰੀ ਬਾਤ ਆ ਅਸੀਂ ਬਹਰਹਾਲ ਤੁਸੀਂ 51 ਕਹਿ ਰਹੇ ਹੋ ਮੈਨੂੰ ਲੱਗਦਾ ਇਹ ਹੌਲੀ ਹੌਲੀ 52 ਹੋ ਜਾਣੇ ਨਹੀਂ ਇੰਨਾ ਰਸ਼ ਨਹੀਂ ਕਰਨਾ ਅਸੀਂ ਨਹੀਂ ਫਿਰ ਵੀ ਭਾਈ ਇੱਕ ਅੱਧਾ ਨਾਲ ਆ ਹੀ ਜਾਂਦਾ 52 ਹੋ ਜਾਣੇ ਆ ਮੰਨ ਲਓ ਤੁਸੀਂ ਨਹੀਂ ਨਹੀਂ ਅਸੀਂ ਤਾਂ ਉਹਨਾਂ ਨੂੰ ਕਿਹਾ ਵਾ ਵੀ ਸ਼ਨਾਖਤੀ ਕਾਰਡ ਦੀਆਂ ਕਾਪੀਆਂ ਭੇਜੋ ਪਹਿਲਾਂ ਜਿਹੜੇ ਜਿਹੜੇ ਆਉਣੇ ਆ ਉਹ ਕਾਰਡ ਤੋਂ ਪਛਾਣ ਕੇ ਫਿਰ ਅਸੀਂ ਟੈਂਟਾਂ 'ਚ ਬੰਦਾ ਵਾ ਤੁਸੀਂ ਬਰਾਤੀਏ ਬੁਲਾ ਰਹੇ ਅਦਮੇ ਤਮਾਦ ਦਾ ਵੋਟ ਲੈਣਾ ਉਹਨਾਂ ਕੋਲ 51 ਬੰਦੇ 51 ਚਲੋ ਅਸੀਂ 51 ਦੇ ਹਿਸਾਬ ਨਾਲ ਕਰ ਦਿੰਦੇ ਹਾਂ ਹਾਂਜੀ 51 ਬੰਦਿਆਂ ਦੇ ਹਿਸਾਬ ਨਾਲ ਠੀਕ ਆ ਜੀ 51 ਲੇਡੀਜ਼ ਜੈਂਟਸ ਬੱਚੇ ਪਾ ਕੇ 51 ਬੱਚੇ ਵੀ ਕਿੰਨੇ ਤੁਸੀਂ ਬੱਚੇ ਵੀ ਬੋਤਲ ਮੰਗਦੇ ਆ ਭਾਈ ਉਹਦਾ ਲੈਦਾ ਹੀ ਹੁੰਦਾ ਵਾ ਇੱਕ ਫਰਦ ਦਾ ਕੰਮ ਹੀ ਦਿੰਦਾ ਵਿਆਹ ਕਰ ਰਹੇ ਹੋ ਜਾਂ ਮਰਦਮਸ਼ੁਮਾਰੀ ਕਰਾ ਰਹੇ ਹੋ ਬੱਚੇ ਵੀ ਵਿੱਚ ਤੁਸੀਂ ਪਾ ਰਹੇ ਬੱਚੇ ਤਾਂ ਲੈਦਾ ਹੁੰਦੇ ਬੱਚਿਆਂ ਦਾ ਵਿੱਚ ਨਹੀਂ ਪਾਈਦਾ ਬੱਚੇ ਤਾਂ ਲੈਦਾ ਹੁੰਦੇ ਉਹਨਾਂ ਨੇ ਕਿਹੜਾ ਇੰਨਾ ਖਾਣਾ ਹੁੰਦਾ ਭਾਜੀ ਜਿੰਨਾ ਉਹ ਤਾਂ ਬਾਹਰੋਂ ਪਾਪੜ ਖਾਈ ਜਾਂਦੇ ਟੋਫੀਆਂ ਖਾਈ ਜਾਂਦੇ ਆ ਉਹ ਫੁੱਲੇ ਵਾਲੇ ਖਾਈ ਜਾਂਦੇ ਉਹਨਾਂ ਨੇ ਰੋਟੀ ਕਿੱਥੇ ਖਾਣੀ ਹੁੰਦੀ ਬੱਚਿਆਂ ਨੇ ਭਾਜੀ ਖੇ ਖਰਾਬਾ ਬੱਚੇ ਹੀ ਕਰਦੇ ਆ ਖਾਣੇ ਦਾ ਨਾ ਉਹ ਹੀ ਐਡੀ ਪਲੇਟ ਭਰ ਕੇ ਮੁੜ ਕੇ ਮੂੰਹ ਹੀ ਨਹੀਂ ਲਾਉਂਦੇ ਵੇ ਗਿਣੀਦੇ ਆ ਵਿੱਚ ਵੀ ਬੱਚੇ ਵੀ ਆਉਂਦੇ ਆ ਚਲੋ ਜੀ ਤੁਹਾਡਾ ਆਪਣਾ ਮਸਲਾ ਵਾ ਸਾਨੂੰ ਤਾਂ ਕੋਈ ਨਹੀਂ 51 ਬੰਦਿਆਂ ਦਾ ਭਾਈ ਇੰਤਜ਼ਾਮ ਕਰਨਾ ਵਾ ਤੁਸੀਂ ਮਹਿੰਦੀ ਦਾ 51 ਉਹਦੇ 'ਚ ਤੁਹਾਡੇ ਕੋਲ ਤੇਲ ਮਹਿੰਦੀ 'ਚ ਅਸੀਂ ਕੀ ਹੋਏਗਾ ਤੇਲ ਮਹਿੰਦੀ 'ਚ ਵੈਸੇ ਤੇਲ ਮਹਿੰਦੀ 'ਚ ਤੇਲ ਹੀ ਹੁੰਦਾ ਜੀ ਹੋਰ ਕੀ ਹੁੰਦਾ ਕੀ ਗੱਲ ਬਰਾਤੀਆਂ ਨੂੰ ਅੱਗ ਲਾਉਣੀ ਤੁਸੀਂ ਤੇਲ ਖਾਣ ਲਈ ਮੈਂ ਕਹਿ ਰਿਹਾ ਖਾਣ 'ਚ ਖਾਣੇ 'ਚ ਕੀ ਆ ਪਹਿਲੇ ਤਾਂ ਪਾਰਟੀਸ਼ਨ ਕਰਨੀ ਆ ਨਾ ਜ਼ਾਰੀ ਬਾਤ ਆ 51 ਬੰਦੇ ਆ ਅਸੀਂ ਪੂਰਾ ਖਾਨਦਾਨ ਸਾਡਾ ਇਹ ਮਿਲਣ ਵਰਤਨ ਵੀ ਮੇਰਾ ਜ਼ਿਆਦਾ ਵਾ ਬਿਲਕੁਲ ਉਹਦੇ ਹਿਸਾਬ ਨਾਲ 51 ਬੰਦੇ ਹੋ ਗਏ ਅਸੀਂ ਵੈਸੇ ਐਡਾ ਰਸ਼ ਚਾਹੁੰਦੇ ਨਹੀਂ ਸੀ ਚਲੋ ਸਾਰਿਆਂ ਨੂੰ ਬੁਲਾਉਣਾ ਚਾਹੀਦਾ ਵਾ ਜਿਹੜਾ ਇੱਕ ਅੱਧਾ ਦੇਖ ਲਓ ਨਜ਼ਰ ਕਿਤੇ ਮੰਜੀ ਥੱਲੇ ਵੜਿਆ ਹੋਵੇ ਇੱਧਰ ਉੱਧਰ ਉਹਨੂੰ ਵੀ ਕੱਢੋ ਬਾਹਰ 51 ਬੰਦਿਆਂ ਦੇ ਹਿਸਾਬ ਨਾਲ ਨਾ ਤੁਸੀਂ ਪਾਰਟੀਸ਼ਨ ਕਰਕੇ 2 ਡੇਰੇ ਲਾ ਦੇਣੇ ਉਹਨਾਂ ਦੇ ਨਾ 25 ਬੰਦਿਆਂ ਦਾ ਲੈਦਾ ਡੇਰਾ ਹੋ ਜਾਏ ਅਤੇ 25 ਦਾ ਲੈਦਾ ਹੋ ਜਾਏ ਅਤੇ ਇੱਕ ਦਾ ਕੀ ਕਰਾਂਗੇ ਜਿਹੜਾ 51 ਵਾ ਕਦੀ ਇੱਧਰ ਕਦੀ ਇੱਧਰ ਉੱਧਰੋਂ ਚਪੇੜਾਂ ਪਈਆਂ ਇੱਧਰ ਇੱਧਰੋਂ ਪਈਆਂ ਉੱਧਰ ਭਾਈ 50 ਬੰਦਿਆਂ 'ਚ ਕਿਹੜਾ ਡੇਰਾ ਲਾ ਦਈਏ ਅਸੀਂ ਨਹੀਂ ਤਾਂ ਤੁਸੀਂ ਕੰਮ ਕਰਦੇ ਹੋ ਤੁਸੀਂ ਦੇਖਣਾ ਨਾ ਭਾਈ ਤੁਸੀਂ ਡੇਰੇਦਾਰ ਬੰਦੇ ਹੋ ਤੁਸੀਂ ਆਪ ਦੱਸੋ ਵੀ 50 ਦਾ ਡੇਰਾ ਨਹੀਂ ਲੱਗਦਾ ਹੁੰਦਾ ਅੱਜ ਕੱਲ੍ਹ ਤਾਂ ਗੈਦਰਿੰਗ ਆ ਮਿਕਸ ਹੀ ਆ ਵਿੱਚ ਲੋਕ ਫਿਰਦੇ ਹੁੰਦੇ ਕੋਈ ਰੌਲਾ ਨਹੀਂ 50 ਬੰਦਿਆਂ ਦਾ ਤਾਂ ਮੈਨੂੰ ਕੋਈ ਨਹੀਂ ਐਡੀ ਟੈਨਸ਼ਨ ਜਿਹੜਾ 51 ਵਾ ਨਾ ਉਹਦਾ ਰੌਲਾ ਵਾ ਵੀ ਉਹਦਾ ਕੀ ਕਰਾਂਗੇ ਉਹਨੂੰ ਕਹਿ ਕੇ ਨਾ ਥਾਣੇ ਫੜਵਾ ਦਿਓ ਵਿਆਹ ਲੰਘੇ ਤਾਂ ਉਹਦੀ ਜ਼ਮਾਨਤ ਕਰਾ ਲਓ ਇਹ ਮੈਂ ਮਸ਼ਵਰਾ ਦੇ ਸਕਦਾ ਤੁਹਾਨੂੰ ਨਹੀਂ ਹੁਣ ਬਗੈਰ ਜੁਰਮ ਤੋਂ ਅਸੀਂ ਜ਼ਿਆਦਾ ਕੋਈ ਸਾਲਣ ਸੁਲਣ ਲੁਕੋਇਆ ਐਵੇਂ ਕਹੀ ਨਾ ਵੀ ਤਾਏ ਦੀ ਜੇਬ ਕੱਟੀ ਇਹਨੇ ਵਿਆਹ 'ਚ ਅਗਲੇ ਫੜ ਕੇ ਲੈ ਜਾਣਗੇ ਐਵੇਂ ਕਹੀ ਮੋਟਰਸਾਈਕਲ ਚੋਰੀ ਦੀ ਨਿਕਲ ਆਈ ਇਹਦੇ ਕੋਲੋਂ ਕੋਈ ਬਹਾਨਾ ਹੀ ਲਾਉਣਾ ਭਾਅ ਜੀ ਤੁਸੀਂ 51 ਬੰਦਿਆਂ ਦਾ ਅਸੀਂ ਕਰ ਦੇਣਾ ਜੀ ਰੇਂਜ
ਇਹ ਸਾਡੇ ਕੋਲ ਪਾਰਟੀਸ਼ਨ ਵੀ ਕਰ ਦਿਆਂਗੇ ਅਸੀਂ ਲੇਕਿਨ 25-25 ਬੰਦੇ ਦੀ ਅੱਜ ਤੱਕ ਪਾਰਟੀਸ਼ਨ ਹੋਈ ਨਹੀਂ ਡੇਰੇ ਲਾਉਣੇ ਆ ਭਾਈ ਦੋ ਡੇਰੇ ਪਾਰਟੀਸ਼ਨ ਤਾਂ ਉਦੋਂ ਜਦੋਂ ਹੋਈ ਸੀ ਉੱਧਰ ਇੰਡੀਆ ਪਾਕਿਸਤਾਨ ਦੀ ਪਾਰਟੀਸ਼ਨ ਹੋਈ ਹਾਂਜੀ ਉਦੋਂ ਵੀ 51 ਬੰਦੇ ਸੀ ਤੁਹਾਡੇ ਨਹੀਂ ਇਹ 51 ਨਹੀਂ ਸੀ ਉਦੋਂ ਤਾਂ ਖਾਨਦਾਨ ਸਾਡਾ ਬਹੁਤ ਵੱਡਾ ਸੀ ਬਸ ਉੱਧਰ ਕਤਲ ਕੁਤਲ ਹੋ ਗਏ ਕਾਇਆ ਇੱਧਰ ਆ ਛੱਡੋ ਇਹਨਾਂ ਗੱਲਾਂ 'ਚ ਕੀ ਪਿਆ ਤੁਸੀਂ ਇਹ ਦੱਸੋ ਇੱਕ ਤਾਂ ਅਸੀਂ ਮਾਂ ਆਪਣਾ ਲਾ ਦਿੰਦੇ ਹਾਂ ਤੰਬੂ ਵੀ ਹਾਂਜੀ ਤੰਬੂ ਕਨਾਤਾਂ ਵਾਲਾ ਇੱਕ ਹੁੰਦੀ ਕਨੋਪੀ ਭਾਜੀ ਹਾਂਜੀ ਜਿੱਦਾਂ ਸਰਕਸ ਦਾ ਤੰਬੂ ਨਹੀਂ ਹੁੰਦਾ ਉਹਦੇ 'ਚ ਸਾਰਾ ਨਹੀਂ ਸਰਕਸ ਸਾਡਾ ਕਿਹੜਾ ਬਾਜੀਆਂ ਮਾਰਨੀਆਂ ਪਰਾਉਣਿਆਂ ਨੇ ਤੁਸੀਂ ਕੋਈ ਬੰਦਿਆਂ ਵਾਲਾ ਲਾਇਓ ਜਿਹੜਾ ਉਹ ਅੱਛਾ ਲੱਗੇ ਨਹੀਂ ਉਹ ਅੱਛਾ ਲੱਗਦਾ ਲੇਕਿਨ ਉਹ ਹੈਗਾ ਵੀ ਮਹਿੰਗਾ ਕੰਮ ਆ ਤੁਸੀਂ ਤੰਬੂ ਹੀ ਲਵਾਓ ਭਾਜੀ ਅਤੇ ਰਿਸ਼ਤੇਦਾਰ ਸਾਰੇ 51 ਦੇ 51 ਹੀ ਆ ਰਹੇ ਆ ਹਾਂ ਜੀ 51 ਦੇ ਕਿਸੇ ਦੀ ਤਬੀਅਤ ਖਰਾਬ ਤਾਂ ਨਹੀਂ ਨਹੀਂ ਤਬੀਅਤ ਫਿਲਹਾਲ ਤਾਂ ਠੀਕ ਆ ਖਾਣ ਤੋਂ ਬਾਅਦ ਨਾ ਹੋ ਜਾਏ ਵੈਸੇ ਤਾਂ ਠੀਕ ਆ ਨਹੀਂ 51 ਬੰਦੇ ਲਿਖੋ ਅੱਛਾ ਤੁਹਾਡੇ ਜਿੱਦਾਂ ਦੇ ਪਰਾਹੁਣੇ ਆ ਨਾ ਤਾਂ ਤੁਸੀਂ ਤੰਬੂ ਚਿੱਟੇ ਲਵਾਓ ਹਾਂਜੀ ਤਾਂ ਕਿ ਵਾਜ਼ਿਆ ਨਜ਼ਰ ਆਓ ਤੁਸੀਂ ਇਹ ਕੀ ਗੱਲ ਹੋਈ ਜੀ ਵਾਜ਼ਿਆ ਸਾਰੇ ਸਾਡੇ ਕੋਲ ਹੈ ਵਾਈਟ ਤੰਬੂ ਵੀ ਹੈਗੇ ਆ ਨਾ ਮੈਂ ਅਤੇ ਫੁੱਲ ਫਲੱਜ ਨਾ ਲਾਮ ਸਲਾਮ ਹੀ ਤੁਹਾਡੇ ਨਾਲ ਕਰਨਾ ਵਾ ਅਸੀਂ ਵੇਟਰ ਚਾਹੀਦੇ ਤੁਹਾਨੂੰ ਵੇਟਰ ਚਾਹੀਦੇ ਆ ਲੇਕਿਨ ਉਹ ਸਾਡੇ ਘਰ ਦੇ ਮੁੰਡੇ ਆਪਣੇ ਹੈ ਵਾ ਉਹ ਸਰਵ ਕਰ ਲੈਣਗੇ ਤੁਹਾਨੂੰ ਪਤਾ ਵੇਟਰ ਖਾਣਾ ਬਹੁਤ ਲੁਕਾਉਂਦੇ ਆ ਅਤੇ ਇਸ ਵਾਸਤੇ ਫਿਰ ਅਸੀਂ ਨਹੀਂ ਚਾਹੁੰਦੇ ਵੀ ਉਹ ਵੇਟਰ ਲਾਈਏ ਨਹੀਂ ਉਹ ਨਹੀਂ ਮੇਰਾ ਖਿਆਲ ਤੁਸੀਂ ਪਕਾਉਣਾ ਵੀ ਉਨਾ ਕੀ ਆ ਜੇ ਉਹਨਾਂ ਨੇ ਲਗਾ ਲਿਆ ਤਾਂ ਤੁਸੀਂ ਕੀ ਖਾਓਗੇ ਆਹ ਦੇਖ ਲਓ ਸਮਾਨ ਸਾਡੇ ਕੋਲ ਪਿਆ ਵਾ ਆਹ ਦੇਖੋ ਭਾਅ ਜੀ ਇਹ ਪਲੇਟਾਂ ਨੇ ਬਿਹਤਰੀਨ ਪਲੇਟਾਂ ਨੇ ਅੱਜ ਕੱਲ੍ਹ ਇਹੀ ਚੱਲ ਰਿਹਾ ਇਹ 'ਚ ਛੋਟੀ ਪਲੇਟ ਵੀ ਆ ਨਾਲ ਵੱਡੀ ਪਲੇਟ ਵੀ ਹੈ ਇਹਦੇ 'ਚ ਲੂਣੇ ਮਿੱਠੇ ਇਹਦੇ 'ਚ ਆਹੋ ਇਹਦੇ 'ਚ ਲੂਣੇ ਨਹੀਂ ਨਹੀਂ ਆਹੋ ਇਹਦੇ 'ਚ ਨਮਕ ਨਮਕੀਨ ਪਾ ਲਓ ਸਾਲਣ ਪਾ ਲਓ ਨਾਲ ਨਾਨ ਸ਼ਾਨ ਹੋਣਾ ਤੁਹਾਡੇ ਹਾਂਜੀ ਨਾਨ ਸ਼ਾਨ ਹਾਂ ਤਾਂ ਬਸ ਠੀਕ ਇਹਦੇ 'ਚ ਮਿੱਠਾ ਪਾ ਲੈਣਾ ਆਹ ਕਸਟਰਡ ਪਾਓ ਮਾੜਾ ਜਿਹਾ ਇਹਦੇ 'ਚ ਭਾਅ ਜੀ ਇਹ ਟੈਂਟਾਂ ਦੀ ਦੁਕਾਨ ਆ ਕਿ ਉਹ ਦੂਜੇ ਦੇਗਾਂ ਦੀ ਦੁਕਾਨ ਨਹੀਂ ਦੇਗਾਂ ਨਹੀਂ ਮੈਂ ਕਿਹਾ ਚੈੱਕ ਤਾਂ ਕਰੀਏ ਨਾ ਤੁਹਾਡਾ ਹੱਥ ਕਿੱਦਾਂ ਦਾ ਵਾ ਖਾਣਾ ਇਹ ਸਾਡੇ ਕੋਲ ਡਿਸ਼ਾਂ ਹੈਗੀਆਂ ਭਾਅ ਜੀ ਹੈਲੋ ਇਹਦੇ ਵਿੱਚ ਸਾਲਣ ਪਾ ਲਓ ਔਰ ਡੋਂਗੇ ਕਹੋਗੇ ਡੋਂਗੇ ਵੀ ਹੈਗੇ ਆ ਹਾਂਜੀ ਡੋਂਗੇ ਛੋਟੇ ਡੋਂਗੇ ਨਹੀਂ ਡੋਂਗੇ ਭਾਅ ਜੀ ਵੈਸੇ ਉਹ ਆਹ ਦੇਖੋ ਨਾ ਤੁਹਾਨੂੰ ਦਿਖਾ ਦਿੰਦੇ ਭਾਅ ਜੀ ਆ ਪਏ ਆ ਇਹਦੇ 'ਚ ਵੀ ਤੁਸੀਂ ਸਾਲਣ ਪਾ ਸਕਦੇ ਹੋ ਇਹਦੇ 'ਚ ਹੋਏਗਾ ਇਹ 'ਚ ਬੂਫੇ ਲੱਗ ਜਾਂਦਾ ਇਹਦੇ 'ਚ ਵੈਸੇ ਜ਼ਰਾ ਅੱਗੇ ਰੱਖ ਦਿੱਤਾ ਟੇਬਲ 'ਚ ਪਾ ਕੇ ਇਹ ਵੇਖੋ ਇਹ ਲਵਾਉਣੇ ਹੈ ਨਹੀਂ ਆਹ ਸਾਲਣ ਵਾਸਤੇ ਅਤੇ ਆਹ ਬਿਹਤਰ ਆ ਆਹ ਮੰਗਣ ਵਾਸਤੇ ਠੀਕ ਆ ਕੀ ਕਹਿੰਦੇ ਹੋ ਮਿੱਠੀ ਚਟਨੀ ਵੀ ਪੈ ਜਾਂਦੀ ਆਲੂ ਬੁਖਾਰੇ ਵਾਲੀ ਨਹੀਂ ਬਦਾਮ ਪਿਸਤਾ ਹਰ ਚੀਜ਼ ਹੁੰਦੀ ਆਹ 2 ਚਮਚ ਲਵਾਓ ਖਾਂਦੇ ਭਾਈ ਘਰੋਂ ਭੁੱਖਾ ਹੀ ਆਇਆ ਤੂੰ ਨਹੀਂ ਮੈਂ ਕਿਹਾ ਪਕਾਉਣਾ ਤੁਸੀਂ ਪਕਾਉਣੀ ਆ ਅਤੇ ਇਹਦੇ 'ਚ ਪਾਉਣੀ ਆ ਤੁਸੀਂ ਮੈਨਿਊ ਕੋਈ ਨਹੀਂ ਬਣਾਇਆ ਭਰਾ ਦੇ ਵਿਆਹ 'ਤੇ ਵੀ ਕੀ ਪਕਾਉਣਾ ਸੀ ਜਾਂ ਕੀ ਉਹਦੀ ਕਰ ਰਹੇ ਹਾਂ ਸਲਾਹ ਹਾਂ ਅਤੇ ਆਹ ਆਹ ਦੇਖ ਲਓ ਜੱਗ ਵਾ ਅਤੇ ਕੱਚ ਦੇ ਵੀ ਹੈਗੇ ਸਾਡੇ ਕੋਲ ਨਹੀਂ ਭਾਅ ਜੀ ਆਹ ਨਹੀਂ ਆ ਇਹ ਜੱਗਾਂ ਤੋਂ ਅੱਗੇ ਬਹੁਤ ਲੜਾਈ ਹੋਈ ਆ ਸਾਡੇ ਕਿਤੇ ਫੰਕਸ਼ਨਾਂ 'ਤੇ ਨਾ ਕੀ ਹੋਇਆ ਉਹ ਜੱਗ 'ਚ ਆਉਂਦੇ ਹੁੰਦੇ ਆ ਉਹਨੇ ਇੰਝ ਕਰਕੇ ਐਂ ਕੀਤਾ ਸਾਡੇ ਮਾਮੇ ਦੇ ਸਿਰ 'ਚ ਪੈ ਗਿਆ ਸਾਰਾ ਐਂ ਥੱਲੇ ਫਿਰ ਉਹ ਲੜ ਪਿਆ ਉਹਨੇ ਉਹ ਮਾਰਿਆ ਸਾਰਾ ਕੁਛ ਚੁੱਕ ਕੇ ਇਹ ਨਾ ਅਕਸਰ ਜੱਗ ਸਟੀਲ ਦੇ 'ਚ ਆਉਂਦੇ ਹੁੰਦੇ ਆ ਸ਼ੀਸ਼ੇ ਦੇ ਜੱਗ ਹੋਣ ਅਤੇ ਤੁਸੀਂ ਮੈਂ ਕਹਿੰਦਾ ਸ਼ੀਸ਼ੇ ਵਾਲਾ ਵੀ ਨਾਲ ਆਓ ਤੁਹਾਡੇ ਬੱਚੇ ਬੜੇ ਸ਼ਰਾਰਤੀ ਉਹਨਾਂ ਨੂੰ ਤੋੜ ਦੇਣੇ ਆ ਅਤੇ ਮੈਂ ਚਪੇੜਾ ਮਾਰਨੀ ਆ ਉਹਨਾਂ ਦੇ ਤੂੰ ਕਿਉਂ ਚਪੇੜਾ ਮਾਰੇਗਾ ਸਮਾਨ ਸਾਡਾ ਨਹੀਂ ਨਹੀਂ ਸਾਡਾ ਵਾ ਤੂੰ ਲਾ ਕੇ ਘਰ ਨੂੰ ਜਾ ਕੇ ਤੂੰ ਚਪੇੜਾ ਲਈ ਬੈਠੇ ਰਹਿਣਾ ਉੱਥੇ ਨਹੀਂ ਭਾਈ ਉਹ ਬਰਤਨ ਜਿਹੜੇ ਟੁੱਟਣੇ ਟੱਟਣੇ ਉਹ ਤੁਹਾਡੇ 'ਤੇ ਹੀ ਪੈਣੇ ਹੈਗੇ ਆ ਤੁਹਾਡੇ 'ਤੇ ਪੈਣੇ ਆ ਬਰਤਨ 'ਤੇ ਐਂ ਪਾਉਂਦੇ ਆ ਚਰਸ ਪਾਉਣੀ ਸਾਡੇ 'ਤੇ ਇਹ ਦੇਖ ਲਓ ਇਹ ਤੰਬੂ ਆ ਭਾਅ ਜੀ ਬਿਹਤਰੀਨ ਤੰਬੂ ਲਾਵਾਂਗੇ ਸੈਟਿੰਗ ਕਰਕੇ ਮੁੰਡੇ ਹਰ ਚੀਜ਼ ਰੈਡੀ ਕਰਕੇ ਆਉਣਗੇ ਅਤੇ ਮਿਹਰਬਾਨੀ ਤੁਹਾਡੀ ਨਾ ਟਿਸ਼ੂ ਜ਼ਰੂਰ ਰੱਖਣੇ ਟੇਬਲਾਂ 'ਤੇ ਕਿਉਂਕਿ ਤੁਹਾਡੇ ਜਿੰਨੇ ਵੀ ਬਰਾਤੀ ਆ ਨਾ ਅਗਰ ਉਹਨਾਂ ਨੇ ਕਨਾਤਾਂ ਨਾਲ ਜਾਂ ਤੰਬੂਆਂ ਨਾਲ ਹੱਥ ਪੂੰਝੇ ਨਾ ਤਾਂ ਮੈਂ ਚਪੇੜਾ ਮਾਰਨੀ ਆ ਯਾਰ ਤੂੰ ਕਿਹੜੀ ਹਰ ਗੱਲ ਨਾਲ ਚਪੇੜਾ ਮਾਰਨੀ ਆ ਤੂੰ ਐਡਾ ਟੈਂਟ ਬਾਅਦ 'ਚ ਲਾਈ ਤੂੰ ਪਰਾਹੁਣਿਆਂ ਨੂੰ ਪਹਿਲਾਂ ਚਪੇੜਾ ਮਾਰਿਆ ਸਾਡੇ ਯਾਰ ਹੱਥ ਟੈਂਟਾਂ ਵਾਲਾ ਹੁੰਦਾ ਵਾ ਵੀ ਤੰਬੂ ਤਾਂ ਨਹੀਂ ਨਾ ਧੁੱਪਦਾ ਵੀਰੇ ਲੋਕ ਬਹੁਤ ਯਕੀਨ ਕਰ ਗਵਾਰ ਆਉਂਦੇ ਬਰਾਤ ਦੇ ਵਿੱਚ ਕਈ ਬੰਦੇ ਹੱਥ ਪੂੰਝ ਜਾਂਦੇ ਆ ਸਾਲਣ ਵਾਲੇ ਉਹਦੇ ਨਾਲ ਨਹੀਂ ਸਾਡੇ ਸਾਰੇ ਪੜ੍ਹੇ ਲਿਖੇ ਲੋਕ ਆਉਣੇ ਆ ਕਿੰਨੇ ਇੱਦਾਂ ਦਾ ਕੰਮ ਕਰਨਾ ਜਿਹੋ ਜਿਹੇ ਤੁਹਾਡੇ ਪ੍ਰਾਹੁਣੇ ਆਉਣੇ ਸਾਰਿਆਂ ਨੇ ਕਾਲੇ ਇਲਮ 'ਚ ਹੀ ਬੀਏ ਕੀਤਾ ਪਰ ਉਹ ਵੀਰੇ ਪੂੰਝ ਜਾਂਦੇ ਲੋਕਾਂ ਨੂੰ ਅਕਲ ਹੀ ਨਹੀਂ ਹੈਗੀ ਸ਼ਾਊਰ ਹੀ ਨਹੀਂ ਹੈਗਾ ਸੀਟਾਂ ਚਾਹੀਦੀਆਂ ਅੱਛੀਆਂ ਨਾ ਇਹ ਕੁਰਸੀਆਂ ਦੇਖ ਲਓ ਭਾਅ ਜੀ ਇਹ ਨੇ ਇਹਨਾਂ ਦੇ ਉੱਤੇ ਅਛਾੜ ਪਾਉਣੇ ਆ ਜਾਂ ਇੰਜ ਹੀ ਲਾ ਦਈਏ ਨਹੀਂ ਨਹੀਂ ਉਹ ਗਲਾਫ ਸੋਹਣੇ ਲੱਗਦੇ ਉੱਤੇ ਪਏ ਕਵਰ ਪਾ ਦੇਵਾਂਗੇ ਅਸੀਂ ਕਨਾਤਾਂ ਨਾਲ ਮੈਚ ਕਰ ਦੇਵਾਂਗੇ ਹਾਂ ਮੈਚ ਕਰ ਦਿਓ ਅਤੇ ਉਹ ਅੱਛਾ ਅਗਰ ਕਿਸੇ ਨੇ ਉਹਦੇ ਕਵਰ ਦੇ ਨਾਲ ਵੀ ਮਤਲਬ ਸਿਗਰਟ ਸੁਗਟ ਲਾਈ ਜਾਂ ਜੇ ਤਾਂ ਮੈਂ ਚਪੇੜਾ ਮਾਰਦੀ ਹਾਂ ਉਹਨਾਂ ਦੇ
ਯਾਰ ਤੂੰ ਪਹਿਲਾਂ ਮੇਰੇ ਤੋਂ ਸ਼ੁਰੂ ਹੋ ਜਾ, ਪਹਿਲਾਂ ਮੈਨੂੰ ਮਾਰ ਲੈ ਚਪੇੜਾ। ਨਹੀਂ ਵੀਰੇ ਪਤਾ ਕੀ ਆ ਸਾਡਾ, ਇਹ ਕਿਹੜੀ ਗੱਲ, ਹਰ ਗੱਲ ਚਪੇੜਾ ਮਾਰ ਹੋ ਜਾਂਦਾ ਉੱਥੇ। ਤੂੰ ਨਵਾਂ ਸਮਾਨ ਲਾ ਹੀ ਨਾ ਕਿਤੇ, ਜਿਹੜਾ ਗਾਹਕ ਆਵੇ ਨਾ ਤੂੰ ਕਹਾ ਜੀ ਮੈਂ ਨਹੀਂ ਲਾਉਣਾ, ਦੁਕਾਨ ਬੰਦ ਆ, ਅਤੇ ਉਹ ਹੀ ਹੱਥ ਨਾਲ ਲਾਵੇ ਸਿਗਰਟ। ਇੰਨੀ ਨਹੀਂ ਅੱਲਾ ਨੇ ਸੈਂਸ ਦਿੱਤੀ, ਨਹੀਂ ਹੁਣ ਕਿਹਦਾ ਪਹਿਲਾਂ ਪੁੱਛਿਆ ਵੀ ਤੂੰ ਸਿਗਰਟ ਪੀਂਦਾ ਜਾਂ ਨਹੀਂ ਪੀਂਦਾ, ਫੇਕ ਕਾਰਡ ਪਾਈਏ ਉਹਨੂੰ। ਅੱਗੇ ਅਸੀਂ ਚਿੱਟੇ ਕਵਰ ਇੱਕ ਲਾ ਬਰਾਤ 'ਤੇ ਲਾ ਕੇ ਭੇਜੀ, ਉਹਨਾਂ ਨੇ ਪਿੱਛੇ ਲਿਖ ਦਿੱਤਾ ਪੈਨਸਲ ਵੱਡੇ ਮਾਰਕਲ ਦੇ ਨਾਲ, ਟੈਂਟਾਂ ਵਾਲਾ ਚਵਲ ਹੈ, ਇਹ ਹੈ, ਇਹ ਸਾਡੇ ਬਾਰੇ। ਚਲੋ ਉਹ ਤਾਂ ਤੁਹਾਡਾ ਬਣਦਾ ਜਿੱਦਾਂ ਦੇ ਹੈਗੇ। ਕੂਲਰ ਚਾਹੀਦਾ ਤੁਹਾਨੂੰ ਪਾਣੀ ਵਾਲਾ? ਪਾਣੀ ਵਾਲਾ ਕੂਲਰ ਅਤੇ ਉਹ ਭਾਈ ਉਹ ਪੈ ਭਾਈ ਟੈਂਕੀ ਚਾਹੀਦੀ ਆ, ਉਹਦੇ ਕਿਹੜੀ ਦੂਸਰੀ ਟੈਂਕੀ ਨਹੀਂ ਆਪਣਾ ਉਹ ਕਿਹੜੀ ਸਭ ਚਾਹ ਵਾਸਤੇ, ਆ ਉਹ ਛੋਟਾ ਹੁੰਦਾ ਇਹ ਤੋਂ ਥੋੜ੍ਹਾ ਛੋਟਾ, ਇਹ ਪਾਣੀ ਵਾਲਾ ਬਸ, ਉਹ ਵੀ ਤੁਹਾਨੂੰ ਮਿਲ ਜਾਏਗਾ। ਉਹ ਟੂਟੀ ਲੱਗੀ ਇੱਕ, ਉਹ ਨਾ ਹੋਵੇ ਕੋ ਟੂਟੀ ਖੋਲ੍ਹ ਕੇ ਅਤੇ ਉੱਥੇ ਹੱਥ ਧੋਣ ਲੱਗ ਪਓ ਚਾਹ ਦੇ ਨਾਲ ਹੀ। ਨਹੀਂ ਉਹਦੇ ਨਾਲ ਕਿਹੜਾ ਤੌਲੀਆ ਬੰਨਿਆ ਹੋਣਾ ਵਾ ਵੀ ਹੱਥ ਧੋਣ ਲੱਗ ਜਾਣ। ਇਹ ਚਮਚ ਹੈਗੇ ਭਾਅ ਜੀ ਦੇਖ ਲਓ, ਇਹ ਖਾਣੇ ਵਾਲੇ ਨੇ ਅਤੇ ਇਹ ਦੂਸਰੇ ਆ, ਇਹ ਦੇਖ ਲਓ, ਇਹ ਵੇਖ ਲਓ ਠੀਕ ਆ। ਹਾਂਜੀ, ਅਤੇ ਅਗਰ ਇਹਦੇ 'ਚੋਂ ਕੋਈ ਚਮਚ ਦੋ ਚਾਰ ਘੱਟ ਵੀ ਗਏ ਨਾ, ਹਾਂਜੀ, ਤਾਂ ਮੈਂ ਚਪੇੜਾ ਮਾਰ ਲਈ। ਯਾਰ ਤੂੰ ਚਪੇੜਾ ਮਾਰ ਲਾ ਭਾ ਪਹਿਲਾਂ, ਯਾਰ ਸਾਡਾ ਸਮਾਨ ਆ, ਤੂੰ ਗੱਲ ਵਾ ਕਰਨ ਵਾਲੀ ਤੇਰੀ, ਅਸੀਂ ਸਮਾਨ ਨਹੀਂ ਆਪਣਾ ਦੇਣਾ। ਨਹੀਂ ਸਮਾਨ ਆ, ਤੂੰ ਹਰ ਗੱਲ ਨਾ ਪਰਾਉਣਿਆਂ ਨੂੰ ਲਾ ਹੱਥ, ਮੈਂ ਤੈਨੂੰ ਦੇਖਦਾ। ਨਹੀਂ ਤਾਂ ਉਹ ਲਾਉਣ ਫਿਰ ਤੰਬੂਆਂ ਨਾਲ ਪੂੰਝਣਾ ਹੱਥ ਫਿਰ। ਹਾਂ ਤੂੰ ਸਮਾਨ ਲਿਖ ਆਰਾਮ ਨਾਲ, ਤੂੰ ਗੱਲ ਗੱਲ ਨਾਲ ਚਪੇੜਾ ਮਾਰਨੀ ਆ ਮੈਂ। ਭਾਈ ਨਵਾਂ ਸਮਾਨ ਆ ਸਾਡਾ, ਤਬਾਹ ਕਰਾ ਲਈਏ ਫਿਰ ਅਸੀਂ। ਭਾਅ ਜੀ ਇੱਕ ਗੱਲ ਤੁਹਾਨੂੰ ਕਰ ਦਈਏ ਪਹਿਲੇ ਅਸੀਂ, ਹਾਂਜੀ ਹਾਂਜੀ, ਅਤੇ ਫੈਰਿੰਗ ਫੂਰਿੰਗ ਤਾਂ ਨਹੀਂ ਕੋਈ ਹੋਣੀ ਉੱਥੇ? ਨਹੀਂ, ਅਗਰ ਤੰਬੂਆਂ ਦੇ ਵਿੱਚ ਕਿਸੇ ਨੇ ਫੈਰ ਕੱਢੇ ਤਾਂ ਮੈਂ ਚਪੇੜਾ ਮਾਰ ਲਈ। ਯਾਰ ਤੂੰ ਚਪੇੜਾ ਮਾਰ ਲਾ ਭਾਗ, ਉਹ ਭਾਈ ਸਾਡੇ 'ਚ ਤਾਂ ਕਿਸੇ ਕੋਲ ਰੈਗਲਾ ਹੈ ਨਹੀਂ ਗਾ, ਅਤੇ ਚੰਡ ਛੁਰਲੀਆਂ ਪਟਾਕੇ ਚਲਾਉਣੇ ਤੁਸੀਂ, ਮਤਲਬ ਅਸਤਬਾਜੀ ਤਾਂ ਨਹੀਂ ਕਰਨੀ? ਅਗਰ ਤੰਬੂ 'ਚ ਕਿਸੇ ਨੇ ਛੁਰਲੀ ਛੁਰਲੀ ਚਲਾਈ ਤਾਂ ਮੈਂ ਚਪੇੜਾ ਮਾਰ ਦੀ, ਉਹ ਤੰਬੂਆਂ ਤੋਂ ਪਰੇ ਜਾ ਕੇ ਜਿੰਨਾ ਮਰਜ਼ੀ ਚਲਾਓ। ਯਾਰ ਤੂੰ ਹਰ ਗੱਲ ਨਾਲ ਹੀ ਮੈਂ ਨਹੀਂ ਉਹ ਚਪੇੜਾਂ ਦਾ ਰੱਖਿਆ ਵੀਰੇ। ਪਹਿਲੇ ਵੀ ਇੱਕ ਬਰਾਤ 'ਤੇ ਅਸੀਂ ਲਾ ਕੇ ਆਏ ਹਾਂ, ਫੈਰ ਵੱਜੇ ਆ ਤੰਬੂ ਦੇ ਵਿੱਚ, ਉਹ ਥਾਣੇ ਵਾਲੇ ਤੰਬੂ ਲੈ ਗਿਆ, ਯਕੀਨ ਕਰੋ ਉਹਨੇ ਦਿੱਤਾ ਹੀ ਨਹੀਂ, ਹੁਣ ਥਾਣੇ ਹੀ ਲਾਇਆ ਉਹਨਾਂ ਨੇ। ਆਹੋ ਭਾਈ ਹੈ ਉਹ ਜਿਹੜਾ ਨਾ ਸਟੇਜ ਲੱਸੀ ਲੋਹੇ ਦੇ ਨਹੀਂ ਲਾਣੇ, ਕਾਰਪੇਟ ਵਿਛਾਉਣਾ ਥੱਲੇ, ਕਾਰਪੇਟ ਵਿਛਾ ਕੇ ਨਾ, ਹਾਂਜੀ, ਅਤੇ ਉਹ ਇੱਦਾਂ ਪਰਾਹੁਣੇ ਭਾਈ ਜਿੱਦਾਂ ਬਹਿੰਦੇ 'ਚ ਗਾਣੇ ਗੁਣੇ ਲੱਗਣੇ ਆ ਤੁਹਾਨੂੰ ਪਤਾ, ਸ਼ੁਕਲ ਮੇਲਾ ਕਰਨਾ, ਤਕੀਆ ਲਾ ਕੇ, ਤਕੀਆ ਲਾ ਕੇ ਨਾ, ਹਾਂ, ਅਤੇ ਉਹਨਾਂ ਨੇ ਇੰਝ ਬਹਿ ਜਾਣਾ ਇੱਦਾਂ ਕਰਕੇ, ਅਤੇ ਫਿਰ ਉਹ ਡਾਂਸ ਡੂਨਸ ਦੇਖਣਾ ਉਹ ਪੂਰੇ ਤਰੀਕੇ ਨਾਲ। ਭਾਅ ਜੀ ਇਹ ਕੰਮ ਤਾਂ ਜ਼ਿਆਦਾ ਔਰ 'ਚ ਬੰਦ ਹੋ ਗਿਆ ਸੀ। ਹੈਲੋ, ਕਿਹੜਾ ਜ਼ਿਆਦਾ ਔਰ 'ਚ ਬੰਦ ਹੋ ਗਿਆ? ਆਹੋ ਇਹ ਤਾਂ ਵੀਰੇ ਇਹ ਤਾਂ ਨਹੀਂ ਹੁਣ ਇਹ ਨਹੀਂ ਹੁੰਦਾ ਹੁਣ, ਹੁਣ ਤਾਂ ਡੀਜੇ ਚੱਲਦਾ ਵਾ ਅਤੇ ਬਸ ਸਾਰੇ ਕੁਰਸੀਆਂ 'ਤੇ ਬੈਠੇ ਹੁੰਦੇ, ਅੱਗੇ ਡਾਂਸ ਹੋ ਰਿਹਾ ਹੁੰਦਾ। ਨਹੀਂ ਤੁਸੀਂ ਥੱਲੇ ਲਾ ਦਿਓ ਸੈਟਅਪ, ਤੁਹਾਨੂੰ ਕੀ ਕਾਰਪੇਟ ਵਿਛਾ ਕੇ ਅਤੇ ਤਕੀਏ ਤੁਕੀਏ ਲਾ ਦਿਓ, ਗੱਦੀਆਂ ਗੁੱਦੀਆਂ ਅਸੀਂ ਬਹਿ ਜਾਂਗੇ ਬਸ। ਨਹੀਂ ਉਹ ਗੱਦੀਆਂ ਥੱਲੇ ਵਾਲਾ ਨਹੀਂ ਸਾਡੇ ਕੋਲ ਹੈਗਾ ਭਾਈ ਸਿਸਟਮ। ਉਹ ਯਾਰ ਉਹ ਮਹਿਕ ਮਲਕ ਨੇ ਵੀ ਆਉਣਾ ਨਾ, ਉਹ ਤੁਹਾਨੂੰ ਪਤਾ ਫਿਰ ਆਲੇ ਦੁਆਲੇ ਬਹਿ ਕੇ ਉਹਨੇ ਰਾਊਂਡ ਕੱਢਣਾ ਵਾ, ਅਤੇ ਉਹਨੂੰ ਬੁੱਕ ਕੀਤਾ ਤੁਸੀਂ? ਹਾਂਜੀ, ਤੁਹਾਨੂੰ ਪਤਾ ਵੀ ਇੰਨਾ ਖਰਚਾ ਜਦੋਂ ਕਰਨ ਡਏ ਅਸੀਂ, 50 ਬੰਦੇ ਬੁਲਾਏ ਆ, ਅਤੇ ਉਹਦਾ ਕਿਹੜਾ ਖਰਚਾ ਕਿਹੜਾ ਰੌਲਾ? ਨਹੀਂ ਤਕੀਏ ਤੁਹਾਡੇ ਆਪਣੇ ਹੋਣੇ ਭਾਈ, ਸਾਡੇ ਕੋਲ ਨਹੀਂ ਹੈਗੇ। ਤੁਹਾਡੇ ਘਰ ਹੈ ਨਹੀਂ ਸਿਰਾਣੇ ਸਰਾਉਣੇ, ਇੱਟਾਂ ਰੱਖ ਕੇ ਸੌਂਦੇ ਸਿਰਾਣੇ 'ਚ, ਤਕੀਏ ਘਰੋਂ ਕੱਢੋ। ਨਹੀਂ ਉਂਝ ਦੇ ਨਹੀਂ ਨਾ ਹੈਗੇ, ਫੰਕਸ਼ਨ ਵਾਲੇ ਨਹੀਂ, ਸਾਦਾ ਹੀ ਆ ਸੌਣ ਵਾਲੇ। ਪੁਰਾਣੇ ਪਏ ਹੁਣ ਵੇਖ ਕੇ ਤਾਂ ਪੁਰਾਣੇ। ਹੈਲੋ, ਕਿਹੜੇ ਪੁਰਾਣੇ? ਨਹੀਂ ਵੈਸੇ ਅਸੀਂ ਕਲੀਨ ਲਾ ਦਿਆਂਗੇ ਉਹਦੇ 'ਤੇ, ਤੁਸੀਂ ਚਾਦਰਾਂ ਵਿਛਾ ਲੈਣਾ, ਜੋ ਮਰਜ਼ੀ ਵਿਛਾ ਲੈਣਾ। ਵੈਸੇ ਤਾਂ ਕੁਰਸੀਆਂ ਹੀ ਹੁੰਦੀਆਂ ਸਾਈਡਾਂ 'ਤੇ ਲੱਗੀਆਂ, ਅਤੇ ਖਾਣਾ ਵੀ ਪਕਾਉਣਾ ਵੀ ਤੁਸੀਂ ਆ? ਨਹੀਂ ਖਾਣਾ ਅਸੀਂ ਕਹੋਗੇ ਤਾਂ ਤੁਹਾਨੂੰ ਉੱਥੇ ਪਹੁੰਚ ਜਾਏਗਾ, ਪਕਾ ਕੇ ਅਸੀਂ ਭੇਜ ਦਿਆਂਗੇ। ਆਹੋ ਲਿਖੋ ਇੱਕ ਚਿਕਨ ਦੀ ਡਿਸ਼। ਇੱਕ ਡਿਸ਼? ਇੱਕ ਡਿਸ਼ ਵਨ ਡਿਸ਼ ਹੀ ਰੱਖਣਾ ਨਾ, ਖਰਚਾ ਤੁਹਾਨੂੰ ਪਤਾ ਵੀ ਮਹਿੰਗਾਈ ਤਾਂ ਅੱਗੇ ਇੰਨੀ ਹੋਈ। ਇੱਕ ਡਿਸ਼ ਚਿਕਨ? ਹਾਂ। 3 ਕਿਲੋ ਗੋਸ਼ਤ ਬੜਾ? ਠੀਕ ਆ, ਤੁਸੀਂ ਆਪ ਹੀ ਕਹਿੰਦੇ ਇੱਕ ਡਿਸ਼ ਚਿਕਨ ਦੀ। ਮਕਰੋਨੀ ਬਣਾਉਣੀ ਆ 3 ਕਿਲੋ ਨਾ? ਭਾਅ ਜੀ ਦੇਖ ਲਓ ਤੁਸੀਂ ਸਮਾਨ ਸਾਰਾ। 51 ਬੰਦਿਆਂ ਦਾ ਲਾਓ ਨਾ ਹਿਸਾਬ, ਕਿੰਨੀਆਂ ਦੇਗਾਂ ਬਣਦੀਆਂ? 51 ਬੰਦਿਆਂ ਦੀਆਂ ਬਣਦੀਆਂ ਜੀ, ਆਪਣਾ ਅੱਧੀਆਂ ਦੇਗਾਂ ਬਣਦੀਆਂ ਹੈ। ਹਾਂਜੀ, ਇਹ ਅੱਧੀ ਦੇਗ ਕਿੱਦਾਂ ਪੱਕਦੀ ਹੈ? ਭਾਅ ਜੀ ਇੱਕ ਦੇਗ ਜਿਹੜੀ 100 ਬੰਦਾ ਖਾਂਦਾ, ਅਤੇ ਜ਼ਾਹਰ ਹੈ ਅੱਧੀ ਦੇਗ 50 ਬੰਦੇ ਹੀ ਖਾਣਗੇ। ਅੱਛਾ ਇਹ ਲਾਉਣੇ ਆਪਣਾ ਸਟੈਂਡ ਸਟੂਂਡ ਬੂਫੇ ਟਾਈਪ? ਹਾਂ, ਕੰਟੇਨਰ ਜਿਹੜ ਲਾਉਣੇ ਆ ਵਿੱਚ। ਯਾਰ ਜਿੰਨੇ ਕੁ ਬੰਦੇ ਤੁਹਾਡੇ, 51 ਬੰਦੇ ਆਉਣੇ, ਉਹਨਾਂ ਨੂੰ ਵੈਸੇ ਤੁਸੀਂ ਪੈਸੇ ਦੇ ਆਉਣਾ ਬਾਹਰੋਂ ਖਾ ਖੂ ਆਉਣ। 51 ਬੰਦੇ ਥੋੜ੍ਹੇ ਹੁੰਦੇ ਆ, 51 ਬੰਦੇ ਬੰਦਾ ਨਾਮ ਲੈਂਦਿਆਂ ਡਰਦਾ ਵਾ ਵੀ ਯਾਰ ਇੰਨੀ ਗੈਦਰਿੰਗ ਬੁਲਾ। ਯਾਰ ਉਹਨਾਂ ਘਰ 51 ਬੰਦੇ ਆਏ ਆ, ਬੜੀ ਗੱਲ ਆ, ਉਹਦੇ 'ਚ ਫੈਮਲੀਆਂ ਵੀ ਨੇ। ਹਾਂਜੀ, ਬੱਚੇ ਬੁੱਚੇ ਵੀ ਨੇ।
गोल टेबल लाने या मतलब दूसरे खाने वाले लंबे? नहीं भाई, जो लकड़ के टेबल है ना वह नहीं लाने, वो जड़ा थले वेच स्टैंड हुंदा ना वो पूरी तरह खुलदा नहीं गा, कई दफा खाना डिग पैंदा इंज करके। तो तुसी थले ही बह जाओ, हाँ मतलब आमने सामने दरिया बिछा के बेच डोल वाला फिरे पिया, वो कहे जी हाँ जी बोटी चाहिए किसी नूं छोरा चाहिए। यार वो शादी का फंक्शन आ कि चलीसवें का खत्म दवाना थले बिठा। शादियाँ पहले इंज ही हुंदा सीगा, वो कल्चर किड्डा वधिया सी, दरखत के थले दरिया बिछिया, इधर बंदा बैठा इधर भी बैठे, आमने सामने जिनी देर खाना लेट आ उन्नी देर ताश खेडते रहेंगे। अगले किसान की 5 किलो वाली घ्यो वाली बाल्टी नहीं, वो सालन पा के बंदा बच्चे फिर रहा, बच्चे डोंगा भी आदि को। हाँ जी, वो जिन्हों कहना ना मैं सालन चाहिए, वह कहना ना भाई, क्योंकि एको डोंगे नाली प्याली भर दिता छोरे ने, वो कर लो तुम नहीं रोटियां लवा लो। असं तो खुला ही तुम पता भी शरीर भी मूँह रखना वा, 55 बंदे आ रहे हैं भाई, फिर तुम पता रौनक मेला तो लगना ही लगना। सालन अजकल तो स्वीट च की चल रहा ज्यादातर अजकल? स्वीट च भाजी अजकल तो गर्मी हैगी, आइसक्रीम कुल्फा, अगो तुसी जो कहोगे कुल्फा ठीक आ, ताड़े बच्चे शौक ना खान के कुल्फा। चलो मैंगो पिस्ता कर लो, ये असी नहीं करना है तुसी करना, असी सिर्फ टेंटा का समान देना भाजी, असी कोई चमन वाले नहीं हैगे, साडा टेंटा का काम आ। नहीं तो टोटल कर रहे हैं ना भी तुसी लम सलाम साढ़े नाल मुक लो, लाइटिंग भी तुसी लाउनी है मेहंदी दी ना। चलो इंज कर लो, सारा ईवेंट सन दे दियो फिर। हाँ सारा ले लो, आहो लाइटिंग भी कर देंगे सारी। हाँ जरा महल्ले तुहानू पता चुधरार टैप भी आ, हाँ नहीं नहीं अच्छा जड़ा घर का मत्था फ्रंट है ना। हाँ जी, वो इंज जगह भरवा लगे जरा ना, भर देंगे भाजी। फ्रंट है किन्ना का अपना? 1.25 मरला है भाई जगह, वो तो भाजी मक्खियां नहीं भर देना, बल्कि जिन्हें जांजी आ रहे उन्हें थुक थुक के भर देना फ्रेंड ताडा। नहीं लाइटिंग लगे ना जरा चंगी, लाइटिंग लग जाएगी वधिया लग जाएगी, ते मेहमान आने आ तुहानू पता भी। हाँ जी हाँ जी, उन्हां दी रहायश दा इंतजाम तुसी ना करो तां वी अगले गल्लां करदे आ भी सानू सौण बहण लई जगह ही नहीं दित्ती। बिल्कुल बिल्कुल, वो करो ना तुसी। हाँ जी हाँ, 10 मंजियां लिखो तुसी। हाँ जी, 10 मंजियां, 10 खेस ते 10 सराने। ये फ्री आई कैंप लाउन लगे तुसी कादे लई? तुसी मतलब मंजियां मुंजियां नहीं साडे कोल हुंदियां, वो महल्ले चो कट्ठियां करो, वो रवाज ही नहीं रहा भाई, मंजी कोई दिंदा ही नहीं महल्ले च तुहानू पता। हाँ भाई, जिन्नी तू जिम्मेदारी साडे वल ला रहा तो तू आ ही इत्थे जा, फैमिली लैके इधर ही बुला ला सारिया, कुछ कम अपने ते भी पाओ भाजी। भाई जिहड़ा मुकम्मल तंबू लाइट हर चीज़ तुहानू खाना छाणा पहुँच जाएगा। तुसी ये दसो कि ईवेंट किदण आ? ईवेंट माशाला कल आ जी। हाँ जी हाँ जी, तुसी वैसे भाजी छेती आ गए हो टाइम ना ही, मैं कहा काम जड़े पहले पहले निबड़ जान चंगे होंगे। वो भाई कल नहीं हो सकता, ये तो महीना पहले लिखा पैंता वा। कि महीना पहले लिखा? आहो भाई, तू ये कल का तो साढ़े को काम बहुत आ लिखा पे, मुंडे सारे गए काम से, तो तुम उदों का दसो जदों का मैं आया वा भी मैं किसी होर पास चल जा भी साढ़े को काम नहीं है। सारी तू टेंटा की आह डेशा जी आ जग वा जी आ फलाना, उदों का ना दिखा। असी अपना समान तुम दिखा नहीं, जो साढ़े को है दिखा ही हाँ। नहीं तो फिर इन्नी तो कैश रखो ना भी, तू आ मर भी कल व्याह वा, अभी तेनों तेरा टाइम ही ना जाया कर दे। नहीं तू सानू दसो भी साडा टेंट का फारग नहीं है, तू 8 दिन पहले आ दस भी भाई डेढ़ साढ़े को फारग नहीं, जवाब दे दे मैनू। तू तो आंदा ही चाह मंग ली, बिस्कुट चाह मंग ली है, तो फिर मेहमान लोग प्यौदे नहीं गए। तू मेरा भरा चाह पी तो निकल इतों, चाह पी देने निकल भाई, मेरा इज्जत का मसला वा, कल टेंट लाओ होर दुकान वाले। 8 दिन पहले मारा लिखा समान समून सारा। नहीं मैं 8 दिन पहला किदा आया? क्यों जी, वो 3 दिन पहला तो कुड़ी वाले ने हाँ की, उन्होंने हाँ करती ना। हाँ साढ़े वालों नाम आ चल नहीं, नहीं ना नू कोई नहीं भाई नहीं। हैलो ओ भाई, मैनू टेंट चाहिए।